ਕੀ ਹਾਲਾਤ ਆ ਪੰਜਾਬੀ ਦੇ ਅੰਦਰ? ਤੁਸੀਂ ਕੱਲ ਤੁਹਾਨੂੰ ਦੱਸਿਆ ਹੀ ਆ ਨਾ, ਆਪਦੀ ਜਵਾਨੀ ਦੱਸਿਆ ਹਰੀਆਂ ਗੱਲਾਂ ਮੈਨੂੰ ਕਹਿੰਦੇ ਹਿੰਦੀ ਚ, ਮੈਂ ਕਿਹਾ ਆਪਾਂ ਹਿੰਦੀ ਚ ਨੀ ਬੋਲ ਸਕਦੇ, ਕਿਸੇ ਹੋਰ ਨੂੰ ਸੱਦ ਲਵਾ। ਪੰਜਾਬੀ ਜ਼ਮੀਰਾਂ ਨਾ ਮਾਰੋ, ਅੱਜ ਤੁਹਾਡੇ ਪੰਜਾਬ ਚ ਨੀ ਬੋਲਣ ਦਿੰਦੇ ਪੰਜਾਬੀ, ਉਹਨੂੰ ਬਾਹਰ ਤਾਂ ਕੌਣ ਬੋਲਣ ਦੇ? ਆਹ ਧੱਕਾ ਨਾ ਕਰੋ, ਇਹ ਕੀ ਲਾਈ ਹੋਈ ਆ, ਆਪਾਂ ਮੈਚ ਵੀ ਬੰਦ ਕਰ ਰਹੇ ਆ। ਆਪਾਂ ਉਹਰੇ ਕਿਹੜਾ ਹੁਣ ਕੁਝ ਬੋਲ ਬਾਇਲਾ ਸੁਣ, ਇੱਥੇ ਵੀ ਨਹੀਂ ਬੋਲਣ ਦੇ ਰਹੇ। ਇਹ ਮੈਚ ਦਾ ਬੋਲਾਂਗੇ ਯਾਰ, ਨਹੀਂ ਮੈਚ ਦਾ ਬੋਲ ਸਕਦੇ ਜੀ, ਹੱਕ ਆ ਸਾਡਾ ਜੀ, ਮੈਚ ਵੀ ਨਹੀਂ ਬੋਲ ਸਕਦੇ। ਆਹ ਰੱਖੋ ਬਾਈ, ਧੱਕਾ ਹੋ ਰਿਹਾ, ਧੱਕਾ ਹੋ ਰਿਹਾ, ਮੈਕ ਚਲਾ ਨਹੀਂ ਦੇ ਰਹੀ ਬਾਈ, ਆਜੋ ਰਾਮਪੁਰੇ ਆਜੋ, ਵੱਧ ਤੋਂ ਵੱਧ ਬਾਈ ਵੀਡੀਓ ਦੇਖ ਕੇ ਸੜਕ ਜਾਮ। ਠੀਕ ਹੈ, ਆਹ ਪ੍ਰਸ਼ਾਸਨ ਖੜਾ ਦੀ ਗੱਲ ਸੁਣ ਲਓ ਧਿਆਨ ਨਾਲ, ਸਕੂਲ ਬੋਲਣ ਵੀ ਨਹੀਂ ਦੇ ਰਹੇ, ਬੋਲਣ ਦਾ ਵੀ ਅਧਿਕਾਰ ਮਾਰੀ ਜਾਂਦੇ ਤੁਸੀਂ। ਬਾਈ ਰੋਡ ਵੱਡੀ ਤੇ ਚੱਲੋ, ਵੱਡੀ ਰੋਡ ਤੇ ਚੱਲੋ, ਪੁਲ ਤੇ ਚੱਲੋ ਬਾਈ, ਮੈਂ ਕਹਿੰਦਾ ਅਸੀਂ ਤੁਰ ਕੇ ਪੁਲ ਤੇ ਚੱਲੋ, ਚਲੋ ਪੁਲ ਤੇ ਚੱਲੋ, ਸਾਰਿਆਂ ਨੂੰ ਬੁਲਾਓ, ਪੜਨਾ ਹੋਵੇ ਸਾਰਿਆਂ ਨੂੰ ਬੁਲਾ ਕੇ ਲਿਆਓ, ਸਾਰਿਆਂ ਨੂੰ ਉਰੇ ਲਿਆਓ, ਸਾਰੇ ਆਓ ਭਾਈ, ਆ ਜਾਓ ਬਾਈ ਉਰੇ, ਆ ਜਾਓ ਬਿੰਦੀ ਉਰੇ, ਆ ਜਾਓ ਇੱਥੇ ਬਹਿ ਜਾਓ, ਪ੍ਰਸ਼ਾਸਨ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ, ਪ੍ਰਸ਼ਾਸਨ ਮੁਰਦਾਬਾਦ।
ਸਕੂਲ ਮੁੰਡੇ ਦਾ ਬੋਲਣ ਨਹੀਂ ਦਿੱਤਾ ਪਰਸ ਨੇ। ਪੰਜਾਬ ਪੁਲਿਸ ਮੁਰਦਾਬਾਦ, ਮੁਰਦਾਬਾਦ, ਜਿੰਦਾਬਾਦ, ਜਿੰਦਾਬਾਦ, ਮਾਂ ਬੋਲੀ ਪੰਜਾਬੀ ਜਿੰਦਾਬਾਦ, 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 ਮਾਂ ਬੋਲੀ ਪੰਜਾਬੀ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਆਜੋ ਭਰਾਵੋ ਵੀਡੀਓ ਕੱਲਾ ਕੱਲਾ ਸ਼ੇਅਰ ਕਰ ਦਿਓ, ਕੱਲਾ ਕੱਲਾ ਪੰਜਾਬੀ ਨੂੰ ਇੱਥੇ ਆਉਣਾ ਚਾਹੀਦਾ। ਸਰਾਮ ਨਹੀਂ ਤੁਹਾਨੂੰ ਬੋਲਣ ਦੇ ਰਹੇ ਪੰਜਾਬੀ ਯਾਰ। ਪੰਜਾਬ ਮੁਰਦਾਬਾਦ, 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 ਪੰਜਾਬੀ ਮਾਂ ਬੋਲੀ ਦੇ ਇਕਦਾਰ ਮੁਰਦਾਬਾਦ, 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 ਦੁਸ਼ਮਣ ਮੁਰਦਾਬਾਦ, 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 ਪੰਜਾਬੀ ਮਾਂ ਬੋਲੀ ਨੂੰ ਮਾਰਨ ਮਾਰਨ ਵਾਲੇ ਇਕਦਾਰ ਮੁਰਦਾਬਾਦ, 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 ਪੰਜਾਬੀ ਮਾਂ ਬੋਲੀ ਨੂੰ ਮਾਰਨ ਵਾਲੇ ਇਕਦਾਰ ਮੁਰਦਾਬਾਦ, 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 ਪੰਜਾਬੀ ਮਾਂ ਬੋਲੀ ਜਿੰਦਾਬਾਦ, 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 ਫਰਸੀ ਗੁੱਡਾ ਕਰਦੀ ਮੁਰਦਾਬਾਦ, 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 ਸਕੂਲਾਂ ਦੀ ਗੁੱਡਾ ਕਰਦੀ ਮੁਰਦਾਬਾਦ, 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 ਟੱਕੇ ਸ਼ਾਹੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ, ਟੱਕੇ ਸ਼ਾਹੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ, ਪੰਜਾਬ ਸਰਕਾਰ ਮੁਰਦਾਬਾਦ, 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 ਭਾਈ ਦੱਬ ਕੇ ਬੋਲੋ ਸਾਰੇ, ਸ਼ਾਹੀ ਮੁਰਦਾਬਾਦ, 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 ਭਾਈ ਬਹਿ ਜਾ, ਬਹਿ ਜਾ, ਮੈਨੂੰ ਕੋਲ ਬਹਿ ਜਾ, ਕਰਾ ਬਹਿ ਜਾ ਯਾਰਾ, ਬਹਿ ਜਾ, ਬਹਿ ਜਾ, ਬਹਿ ਜਾ, ਤਾਂ ਵੀ ਪਹੁੰਚ ਗਿਆ ਸਾਰੇ ਇੱਥੇ, ਮਾਹੌਲ ਗਰਮ ਹੋ ਗਿਆ, ਵੀ ਪਹੁੰਚ ਗਿਆ, ਬਹਿ ਜਾ ਹਲੇ। ਜਿਹੜੇ ਖੜੇ ਆ ਉਹਦਾ ਖਿਸਕਣਗੇ, ਦੇਖੋ ਧਿਆਨ ਦਿਓ ਬਈ, ਸਾਰੇ ਇੱਥੇ ਹੋ ਕੇ ਬਹਿ ਜਾ, ਸਾਰੇ ਬਹਿ ਜਾ ਯਾਰ, ਬਹਿ ਜਾ ਯਾਰ, ਖੜੇ ਕਿਉਂ, ਬਹਿ ਜਾ, ਬਹਿ ਜਾ ਯਾਰ, ਹਲੋ, ਬਹਿ ਜਾ, ਬਹਿ ਜਾ, ਬਹਿ ਜਾ, ਬਹਿ ਜਾ, ਕੋਈ ਤਾਂ ਗੱਲ ਸਾਫ਼ ਨਜ਼ਰ ਆਉਂਦੀ ਆ ਮਿੱਤਰੋ, ਸਾਰੇ ਧਿਆਨ ਨਾਲ ਸੁਣ ਲਓ, ਇੱਕ ਗੱਲ ਸਾਫ਼ ਨਜ਼ਰ ਆਉਂਦੀ ਆ, ਜਿਹੜੀ ਧੱਕਾਸ਼ਾਹੀ ਪੁਲਿਸ ਨੇ ਕੀਤੀ ਹੈ, ਸਕੂਲ ਬੰਦ ਕਰਤਾ, ਅੰਦਰ ਐਸਡੀਐਮ ਬੈਠਾ, ਅੰਦਰ ਪ੍ਰਸ਼ਾਸਨ ਬੈਠਾ, ਆ ਮਾਪੇ ਇੱਥੇ ਬੈਠੇ ਆ, ਸਕੂਲਾਂ ਦੇ ਜਵਾਕ ਇੱਥੇ ਬੈਠੇ, ਜਿਹੜੇ ਸਾਹਮਣੇ ਬੈਠੇ ਆ, ਪੰਜਾਬੀ ਬੋਲੀ ਨੂੰ ਲੈ ਕੇ ਆਪਣੀ ਲੜਾਈ ਆ, ਪਰ ਪੰਜਾਬੀ ਬੋਲੀ ਨੂੰ ਲੈ ਕੇ ਧੱਕੇਸ਼ਾਹੀ ਜਿਹੜੀ ਹੋ ਰਹੀ ਹੈ, ਗੁੰਡਾਗਰਦੀ ਜਿਹੜੀ ਹੋ ਰਹੀ ਹੈ, ਸਪੀਕਰ ਆਪਣਾ ਲੈ ਕੇ ਚੱਕ ਕੇ ਸਕੂਲ ਚ ਕਹਿੰਦੇ ਵੀ ਤੁਸੀਂ ਨਾ ਜਾਓ, ਅਸੀਂ ਨਹੀਂ ਜਾਂਦੇ, ਹੱਥੋਂ ਡਰ ਲੱਗਦਾ, ਉਹ ਮਾਪੇ ਤਾਂ ਜਾਣ ਯਾਰ, ਮਾਪਿਆਂ ਨੂੰ ਕਿਉਂ ਨੀ ਜਾਣ ਦਿੰਦੇ, ਦੱਸੋ ਮੈਨੂੰ ਇਹਦਾ ਸਵਾਲ ਹੈਗਾ ਕਿ ਨਹੀਂ ਹੈਗਾ ਸਾਰੇ ਦਾ, ਤੁਸੀਂ ਸਾਰੇ ਮਾਂ ਬਾਪ ਆਏ ਹੋ, ਤੁਹਾਡਾ ਫਰਜ਼ ਬਣਦਾ ਕਿ ਨਹੀਂ, ਤੁਸੀਂ ਲੱਖਾਂ ਰੁਪਇਆ ਫੀਸਾਂ ਭਰਦੇ ਹੋ, ਤੁਹਾਡਾ ਕੋਈ ਫਰਜ਼ ਨੀ ਵੀ ਸਕੂਲ ਜਾ ਕੇ ਪੁੱਛ ਕੇ ਵੀ ਸਾਡੇ ਜਵਾਕ ਨੂੰ ਪੰਜਾਬੀ ਬੋਲਣ ਤੋਂ ਕਿਉਂ ਰੋਕਦੇ ਆ,
ਕਿਉਂ ਹਿੰਦੀ ਕਿਉਂ ਸੰਸਕ੍ਰਿਤ ਜਿਹੜੀ ਪ੍ਰਮੋਟ ਕੀਤੀ ਜਾ ਰਹੀ ਹੈ, ਲਾਗੂ ਕੀਤੀ ਜਾ ਰਹੀ ਹੈ, ਇਹ ਫਰਜ਼ ਬਣਦਾ ਨਹੀਂ ਬਣਦਾ? ਦੇਖ ਲੋ ਆਲੇ ਦੁਆਲੇ ਪੁਲਿਸ ਫੋਰਸ ਵਧਾ ਦਿੱਤੀ, ਸਕੂਲ ਚ ਛੁੱਟੀ ਕਰਤੀ, ਵੀ ਕੋਈ ਪੁੱਛਣ ਹੀ ਨਾ ਆਵੇ ਯਾਰ। ਮੇਰੀ ਗੱਲ ਇੱਕ ਸੁਣ ਲਓ, ਉਹ ਕਿਉਂ ਲੰਘਾਈ ਜਾਂਦੇ ਯਾਰ? ਪੁਲਿਸ ਵਾਲੇ ਕਹੀ ਜਾਂਦੇ ਲੰਘਾਈ ਜਾਂਦੇ ਆ, ਲੰਘਾਈ ਜਾਂਦਾ ਪੁਲਿਸ ਕਿਉਂ ਲੰਘਾਈ ਜਾਂਦੇ ਹੋ? ਬੈਠੋ ਬੈਠੋ ਕਹੀ ਜਾਂਦੇ ਹੋ ਜਾਂਦੇ ਲੰਘਾ ਨਾ ਦੋ, ਮੇਰੇ ਕੋਈ ਜੀ ਨੀ ਲੰਘਣ ਦੇਣੀ। ਬੰਦ ਕਰੋ, ਬੰਦ ਜਮਾ ਬਾਬਾ ਜੀ, ਉਹ ਬਾਈ ਬੇਨਤੀ ਹੈ, ਪਹਿਲਾਂ ਤਾਂ ਬਹਿ ਜਾਓ ਸਾਰੇ ਬੰਦੇ, ਬਹਿ ਜਾਓ ਬਾਈ, ਕਿਉਂਕਿ ਸੰਘਰਸ਼ ਲੰਮਾ ਚੱਲੂਗਾ, ਇੰਦਾ ਹੈ ਨੀ ਕੋਈ 5-10 ਬਾਈ, ਬਹਿ ਜਾਓ ਯਾਰ। ਪਹਿਲਾਂ ਵੀ ਜਿਹੜੇ ਮਾਂ ਬਾਪ ਆਏ ਆਗੇ ਉਹ ਬੰਦੇ ਕਹਿੰਦੇ ਪਹਿਲਾਂ ਇੱਥੋਂ ਪੁਲਿਸ ਤੜਕੇ ਦੀ ਖੜੀ ਹੈ, ਮੋੜੀ ਜਾਂਦੀ ਹੈ ਉਹਨਾਂ ਨੂੰ, ਕਿਸੇ ਦੇ ਮਾਂ ਬਾਪ ਨੂੰ ਲੰਘਣ ਨਹੀਂ ਦਿੱਤਾ ਜਾਂਦਾ ਸੀ, ਬੱਚਿਆਂ ਨੂੰ ਨਹੀਂ ਲੰਘਣ ਦਿੱਤਾ ਜਾਂਦਾ, ਪਿੱਛੇ ਮੋੜੇ ਹੈ ਉੱਚੀ। ਸਾਰੇ ਬੰਦੇ ਬਹਿ ਜਾਓ, ਪਹਿਲਾਂ ਤਾਂ ਬੇਨਤੀ ਸੁਣ ਲਓ, ਲੰਘਣ ਕਿਸੇ ਨੂੰ ਨਹੀਂ ਦੇਣਾ ਜਮਾ ਵੀ, ਸ਼ਰਾਰਤ ਨਹੀਂ ਕਰਨੀ। ਬਾਕੀ ਹੁਣ ਤਾਂ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ, RSS ਦਾ ਸਿੱਧਾ ਸਾਡੀ ਸਿੱਖਿਆ ਪ੍ਰਣਾਲੀ ਤੇ ਕਬਜ਼ਾ, ਸਾਡੇ ਸਕੂਲਾਂ ਚ ਘੁਸਪੈਠ, ਸਾਡੇ ਗੁਰੂ ਘਰਾਂ ਚ ਘੁਸਪੈਠ। ਜੇ ਅੱਜ ਨਾ ਬੋਲੇ, ਅੱਜ ਨਾ ਖੜੇ, ਗੱਲ ਯਾਦ ਰੱਖਿਓ, ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ ਸਾਨੂੰ ਫਿੱਟੇ ਮੂੰਹ ਦੇਣਗੀਆਂ। ਜ਼ਮੀਨ ਜਾਇਦਾਦ ਅਸੀਂ ਜਿੰਨੀ ਮਰਜ਼ੀ ਬਣਾ ਕੇ ਦੇ ਜਾਈਏ, 100-100 ਕਿੱਲਾ ਬਣਾ ਕੇ ਦੇ ਜਾਈਏ। ਇਹ ਤੋਂ ਬਾਅਦ ਗੱਲ ਇਹ ਹੈ ਵੀ ਜ਼ਮੀਨਾਂ ਨਾਲ ਨਹੀਂ ਜਾਣਗੀਆਂ ਤੁਹਾਡੇ, ਜਿਹੜੀ ਸਿੱਖੀ ਹੈ ਜਾਂ ਕੋਈ ਆਪਦੇ ਧਰਮ ਚ ਪੱਕਾ ਬੰਦਾ, ਇਹ ਹਿੰਦੂ ਵੀਰ ਆ ਜਿਹੜੇ ਸਾਡੇ, ਜਿਹੜੇ ਹਿੰਦੂ ਵੀ ਵੀਰ ਨੇ ਸਾਡੇ, ਉਹ ਵੀ ਇਹ ਨਾ ਸਮਝਣ ਵੀ ਸਾਡੇ ਤੇ ਹਮਲਾ ਨਹੀਂ, ਇਹ ਸਾਰਿਆਂ ਤੇ ਹਮਲਾ ਗਾ। ਬਾਕੀ ਸਿੱਖਿਆ ਨੀਤੀ ਆ ਜਿਹੜੀ, ਸਿੱਖਿਆ ਨੀਤੀ ਨਵੀਂ ਜਿਹੜੀ ਲਾਗੂ ਕਰੀ ਆ ਸਰਕਾਰ ਨੇ, ਉਹਦੇ ਵਿੱਚ ਇਹਨਾਂ ਨੇ ਸ਼ਰੇਆਮ ਇਹ ਗੱਲਾਂ ਕਹੀਆਂ ਨੇ, ਜਾਂ ਜਿਹੜੇ ਇਹ RSS ਦੇ ਸਕੂਲ ਨੇ, ਇਹ ਜਿਹੜੇ 123 ਸਕੂਲ ਨੇ, ਸਾਰਿਆਂ ਦੇ ਵਿੱਚ ਜਿਹੜੀ ਸਿੱਖਿਆ ਨੀਤੀ ਹੈ ਉਹ ਇਹੀ ਨੀਤੀ ਹੈਗੀ। ਹੁਣ ਆਪਾਂ ਨੂੰ ਕਿਸੇ ਵੀ ਬੰਦੇ ਨੂੰ ਇਹ ਕੋਈ ਲੁੱਕ ਲਪੇਟੀ ਤਾਂ ਰਹੀ ਨੀ ਵੀ ਕਿਸੇ ਗੱਲ ਦਾ ਲਕੋ ਰਹਿ ਗਿਆ, ਹੁਣ ਚਾਨਣ ਹੋ ਗਿਆ ਸਾਰੇ ਬੰਦਿਆਂ ਨੂੰ, ਜਿਹੜੇ ਬੰਦੇ ਕੱਲ ਇਹਨਾਂ ਦਾ ਸਾਥ ਵੀ ਦਿੰਦੇ ਸੀ, ਬੱਚੇ ਆਪਾਂ ਲਾਏ ਆ, ਮੇਰੇ ਵੀ ਬੱਚੇ ਪੜ੍ਹਦੇ ਆ ਕਾਨਵੈਂਟ ਸਕੂਲ ਚ, ਪਰ ਇਹ ਨੀ ਹੈਗਾ ਵੀ ਉੱਥੇ ਸਾਡੇ ਪੰਜਾਬੀ ਜਾਂ ਸਾਡੀ ਸਿੱਖੀ ਤੋਂ ਉਲਟ ਜਾ ਕੇ ਬਿਲਕੁਲ ਹੀ ਜਿਹੜੀਆਂ ਗੱਲਾਂ ਕੀਤੀਆਂ ਜਾਣ, ਕਿਉਂਕਿ ਪੰਜਾਬ ਚ ਰਹਿਣ ਵਾਲਾ ਹਰ ਬੰਦਾ ਪੰਜਾਬੀ ਹੈ, ਹਰੇਕ ਬੰਦਾ ਪੰਜਾਬੀ ਨੂੰ ਪਿਆਰ ਕਰਦਾ, ਪਰ ਗੱਲ ਕਿੱਥੋਂ ਤੱਕ ਗਈ ਖੜੀ ਆ। ਹੁਣ ਜਿਹੜਾ ਸਕੂਲਾਂ ਦੇ ਵਿੱਚ ਨਵੀਂ ਸਿੱਖਿਆ ਨੀਤੀ ਆਈ ਹੈ ਉਹਦੇ ਤਹਿਤ 5ਵੀਂ ਤੱਕ ਹੈ ਜਿਹੜੀ, ਸਾਰੇ ਆਲ ਓਵਰ ਇੰਡੀਆ ਦਾ ਕਾਨੂੰਨ ਹੈ ਵੀ ਉਹ 5ਵੀਂ ਤੱਕ ਜਿਹੜੀ ਉਹਦੀ ਮਾਤਰ ਭਾਸ਼ਾ ਚ ਸਿੱਖਿਆ ਦਿੱਤੀ ਜਾਊਗੀ। ਕੀ ਪੰਜਾਬ ਦੇ ਵਿੱਚ ਉਹ ਕਾਨੂੰਨ ਲਾਗੂ ਹੈਗਾ ਗਾ ਸਮਾਂ ਦੀ? ਸਾਡੇ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਆਪਦੀ ਮਾਤਰ ਭਾਸ਼ਾ ਤੋਂ ਤੋੜਿਆ ਜਾਂਦਾ ਹੈ। ਹੁਣ ਆਪਣੇ ਵਾਸਤੇ ਇਹ ਪਰਖ ਦੀ ਘੜੀ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਆਪਾਂ ਅੱਜ ਵੀ ਸੰਭਲ ਜਾਈਏ, ਅੱਜ ਵੀ ਆਪਾਂ ਇਕੱਠੇ ਹੋ ਜਾਈਏ, ਤੁਸੀਂ ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਲੋਕ ਇੱਥੇ ਆਏ ਹੋ, ਤੁਹਾਡਾ ਧੰਨਵਾਦ ਆ ਸਾਰਿਆਂ ਦਾ।
ਇਹ ਕੱਲੇ ਕਿਸੇ ਇੱਕ ਬੰਦੇ ਦੀ ਲੜਨ ਦੀ ਲੜਾਈ ਨਹੀਂ ਹੈਗੀ, ਇਹ ਆਪਾਂ ਜੇ ਸਾਰੇ ਲੜਾਂਗੇ ਇਹ ਲੜਾਈ ਆਪਾਂ ਫੇਰ ਜਿੱਤੀ ਜਾਣੀ ਹੈਗੀ। ਬਾਬਾ ਕਿੱਥੇ ਹੁੰਦੀ ਬਾਬਾ ਜੀ? ਬਾਬਾ ਹਰਦੀਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕੱਲ ਤੇ ਅੱਜ ਦੋ ਦਿਨ ਦਾ ਜਿਹੜਾ ਸਰਬ ਅਧਿਕਾਰੀ ਸਕੂਲ ਨਾਲ ਬੱਚਿਆਂ ਦਾ ਤੇ ਮਾਪਿਆਂ ਦਾ ਇੱਕ ਰੌਲਾ ਚੱਲ ਰਿਹਾ। ਰੌਲਾ ਕਿਸ ਗੱਲ ਦਾ? ਕਿ ਪੰਜਾਬੀ ਬੋਲੀ ਨਹੀਂ ਸਕੂਲ ਦੇ ਵਿੱਚ ਪੜ੍ਹਾਈ ਜਾਂਦੀ, ਬੱਚਿਆਂ ਨੂੰ ਕੜੇ ਪਾਉਣ ਤੋਂ ਰੋਕਿਆ ਜਾਂਦਾ, ਬੱਚਿਆਂ ਦੀਆਂ ਪੱਗਾਂ ਖੁਦ ਲਾਈਆਂ ਜਾਂਦੀਆਂ ਨੇ ਸਕੂਲ ਦੇ ਵਿੱਚ। ਇਹਨਾਂ ਚੀਜ਼ਾਂ ਨੂੰ ਲੈ ਕੇ ਸਕੂਲ ਜਿਹੜਾ ਆ ਧੱਕੇਸ਼ਾਹੀ ਵੀ ਕਰ ਰਿਹਾ ਤੇ ਆਪਣਾ ਜਿਹੜਾ ਗੁੰਡਾਗਰਦੀ ਆ ਉਹ ਵੀ ਕਰ ਰਿਹਾ ਆਪਣੀ। ਉਹਦੇ ਨਾਲ ਨਾਲ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ, ਤੁਸੀਂ ਸਾਰਿਆਂ ਨੇ ਬਦਲ ਕੇ ਲਿਆਂਦੀ ਕਿ ਪਿਛਲੀਆਂ ਸਰਕਾਰਾਂ ਮਾੜੀਆਂ ਸੀ? ਮਾੜੀਆਂ ਉਹ ਵੀ ਸੀ, ਇਹ ਉਹਨਾਂ ਨਾਲੋਂ ਵੀ ਮਾੜੀ, ਕਿਉਂਕਿ ਉਸ ਤੋਂ ਪਹਿਲਾਂ ਇੱਕ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਸੀ ਕਿ ਇੱਕ ਯੂਨੀਕੋਡ ਦਾ ਯੂਨੀਫਾਰਮ ਦਾ ਵੀ ਕੋਈ ਸਾਰੇ ਦੇਸ਼ ਦੇ ਵਿੱਚ ਹੋਣੀ ਚਾਹੀਦੀ ਆ, ਇੱਕ ਬੋਲੀ ਹੋਣੀ ਚਾਹੀਦੀ ਆ। ਤੇ ਉਸ ਤੋਂ ਮਗਰੋਂ ਕੇਜਰੀਵਾਲ ਦਾ ਇੱਕ ਬਿਆਨ ਆਇਆ ਸੀ ਕਿ ਜਿਹੜੀ ਐਜੂਕੇਸ਼ਨ ਆ ਉਹ ਵੀ ਪੂਰੇ ਦੇਸ਼ ਦੇ ਵਿੱਚ ਇੱਕ ਹੋਣੀ ਚਾਹੀਦੀ ਆ। ਇਹ ਦੇਖੋ ਤੁਸੀਂ ਜਿਨ੍ਹਾਂ ਨੂੰ ਰਾਜ ਦਿੱਤਾ ਉਹ ਤੁਹਾਡੀ ਬੋਲੀ ਖੋ ਕੇ ਲਿਜਾ ਰਹੇ ਨੇ, ਤੁਹਾਡਾ ਪਾਣੀ ਖੋ ਕੇ ਲਿਜਾ ਰਹੇ ਨੇ, ਸਾਡਾ ਸਾਰਾ ਕੁਛ ਗੁਲਾਮ, ਸਾਡੀ ਬੋਲੀ ਗੁਲਾਮ, ਸਾਡੀ ਗੁਰਬਾਣੀ ਗੁਲਾਮ, ਅਸੀਂ ਖੁਦ ਸਾਨੂੰ ਗੁਲਾਮ ਕਰ ਲਿਆ ਇਹਨਾਂ ਨੇ। ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜੇ ਅੱਜ ਇਹ ਸਾਡੀ ਗੱਲ ਨਹੀਂ ਸੁਣਦੇ ਤੇ ਅਸੀਂ, ਸਾਡੇ ਕੋਲ ਇੰਨੀ ਪਾਵਰ ਤਾਂ ਹੈਗੀ ਆ ਕਿ ਅਸੀਂ ਇਹ ਸਕੂਲ ਦਾ ਜਲੂਸ ਕੱਢ ਦਈਏ। ਆਪਣੇ ਬੱਚੇ ਤੁਸੀਂ ਕਹਿੰਦੇ ਆ ਵੀ 1400 ਬੱਚਾ ਇੱਥੇ ਪੜ੍ਹਦਾ, ਤੇ ਮੈਨੂੰ ਐਂ ਲੱਗਦਾ ਵੀ ਘੱਟੋ ਘੱਟ 1200 ਬੱਚਾ ਤੁਹਾਡੇ ਨਾਲ ਜਾਣਾ ਚਾਹੀਦਾ। ਇਹਨਾਂ ਮਸਲਿਆਂ ਦੇ ਉੱਤੇ ਨਹੀਂ ਗੱਲ ਸੁਣਦੇ, ਆਪਣੇ ਬੱਚੇ ਦਾ ਤੁਸੀਂ ਹਟਾ ਕੇ ਕਿਤੇ ਹੋਰ ਲਾ ਸਕਦੇ ਜੇ, ਜਿਹਨੇ ਜਿਹਨੇ ਤੁਸੀਂ ਪੈਸੇ ਦੇ ਰਹੇ ਜੇ ਕਿ ਇੰਨਿਆਂ ਪੈਸਿਆਂ 'ਚ ਹੋਰ ਸਕੂਲ ਨਹੀਂ ਮਿਲਦਾ, ਇਹ ਤੋਂ ਘੱਟ ਪੈਸਿਆਂ 'ਚ ਸਕੂਲ ਮਿਲਣਗੇ। ਤੇ ਸਾਨੂੰ ਸਾਡੇ ਸਾਰੇ ਹੀ ਭਰਾ ਬੈਠੇ ਨੇ, ਹਿੰਦੂ ਵੀ ਬੈਠੇ ਨੇ, ਸਿੱਖ ਵੀ ਬੈਠੇ ਨੇ, ਸਾਰੇ ਹੀ ਬੈਠੇ ਨੇ। ਸਾਨੂੰ ਆਪਣੇ ਪੰਜਾਬ 'ਤੇ, ਪੰਜਾਬੀ ਬੋਲੀ 'ਤੇ, ਪੰਜਾਬੀ ਕਲਚਰ 'ਤੇ ਪਹਿਰਾ ਦੇਣਾ ਚਾਹੀਦਾ।